ਰੰਗ ਖੱਟਾ ਆ ਨੀਲਾ ਆ ਹਰਾ ਆ ਚਿੱਟਾ ਇਹਨੇ ਹਾਥੀ ਵਾਲਾ ਵੀ ਨੀ ਬਖਸ਼ਿਆ ਚਿੱਟਾ ਰੰਗ ਵੀ ਲਈ ਫਿਰਦਾ ਕਮਾਲ ਕਰਤੀ ਪਤੰਦਰਾ ਤੂੰ ਲੀਡਰਾਂ ਕੇ ਕੀ ਆ ਏਦਾਂ ਬਦਲਿਆ ਜਾਂਦਾ ਸਿਆਸਤ ਪੰਜਾਬ ਦੀ ਸਿਆਸਤ ਦਾ ਰੰਗ ਪਿੰਡ ਦੇ ਲੋਕ ਖੜੇ ਜਿੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੀਡਰਾਂ ਨੂੰ ਭਜਾਇਆ ਗਿਆ ਬੁਰੀ ਤਰ੍ਹਾਂ ਇੱਥੋਂ ਡੱਕਰਿਆ ਗਿਆ ਕੀ ਪ੍ਰੋਗਰਾਮ ਸੀਗਾ ਪਿੰਡ ਦੇ ਵਿੱਚ ਜੀ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਇਹਨਾਂ ਨੂੰ ਅਸੀਂ ਵੋਟਾਂ ਦਿੱਤੀਆਂ ਤੇ ਲੀਡਰ ਬਣਾਇਆ ਇਹ ਹਰ ਵਾਰ ਆਪਦਾ ਦਲ ਬਦਲੂ ਨੇਤਾ ਵਾਂਗੂ ਆਪਦੀਆਂ ਪੱਗਾਂ ਬਦਲ ਕੇ ਤੇ ਆਪਦਾ ਲੀਡਰ ਜੋ ਉਹ ਕਰ ਜਾਂਦਾ ਪਾਰਟੀ ਬਦਲਦਾ ਲੀਡਰ ਜਿਹੜਾ ਇਸ ਹਲਕੇ ਦਾ ਸੀਗਾ ਜਿਹਨੂੰ ਭਜਾਇਆ ਗਿਆ ਇੱਥੋਂ ਤੁਸੀਂ ਫਿਰ ਭਜਾਇਆ ਉਹਨੂੰ ਹਾਂਜੀ ਅਸੀਂ ਮੰਡੀ ਦੇ ਵਿੱਚ ਹੁਣ ਭਜਾਇਆ ਸੀ ਮਗਰ ਪਾਵਾਂਗੇ ਇਹਨਾਂ ਦੇ ਵੀ ਨਹੀਂ ਰੱਖਣਾ ਜਦੋਂ ਨਹੀਂ ਰੱਖਣਾ ਜਦੋਂ ਸਾਡੇ ਉਹ ਨਹੀਂ ਕੰਮ ਨਹੀਂ ਕਰਦੇ ਕੋਈ ਤੇ ਵੋਟਾਂ ਲੈ ਜਾਂਦੇ ਹਾਂਜੀ ਵੋਟਾਂ ਲੈ ਕੇ ਜਾਂਦੇ ਵੋਟਾਂ ਇਹਨਾਂ ਨੇ ਪਾਈਆਂ ਜਿਹੜੀਆਂ ਪਿੰਡ ਵਾਲੇ ਲੋਕਾਂ ਨੇ ਵੇਖੋ ਸਾਰਾ ਹਲਕਾ ਹੀ ਵੋਟਾਂ ਪਾਉਂਦਾ ਜਦੋਂ ਲੀਡਰ ਬਣਦਾ ਗਾ ਪਰ ਭੁੱਲ ਜਾਂਦੇ ਆ ਲੋਕ ਠੀਕ ਆ ਵੇਖੋ ਛੋਟੀਆਂ ਗੱਲਾਂ ਪਰ ਵਾਅਦੇ ਕਰਦੇ ਆ ਲੀਡਰ ਬਹੁਤ ਵੱਡੇ ਵੱਡੇ ਪਹਿਲਾਂ ਜਦੋਂ ਵੋਟਾਂ ਦਿੰਦੇ ਆ ਕੁਛ ਹੋਰ ਹੁੰਦੇ ਆ ਵੋਟਾਂ ਦੇ ਮਗਰੋਂ ਇਹ ਕੁਛ ਹੋਰ ਹੁੰਦੇ ਨੇ ਫਿਰ ਅੱਜ ਤੁਸੀਂ ਭਜਾਇਆ ਇੱਥੇ ਅੱਜ ਅਸੀਂ ਭਜਾਉਣਾ ਸੀ ਫਿਰ ਇਹਨਾਂ ਨੂੰ ਹਰ ਵਾਰ ਇਹ ਦਲ ਬਦਲੂ ਨੇਤਾ ਵਾਂਗੂ ਆਦਾ ਉਹ ਬਦਲ ਲੈਂਦੇ ਨੇ ਫਿਰ ਇਹਨਾਂ ਨੂੰ ਹੁਣ ਅਸੀਂ ਹੁਣ ਭਜਾਵਾਂਗੇ ਮੰਡੀ 'ਚ ਫਿਰ ਕੀ ਕਰਾਂਗੇ ਇਹ ਹਾਲਾਤ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਪਰ ਕਰਨੇ ਵੀ ਚਾਹੀਦੇ ਆ ਕਿਉਂਕਿ ਅਸੀਂ ਆਪਸ ਦੇ ਵਿੱਚ ਭਾਈਚਾਰਕ ਜਿਹੜੇ ਵੈਰ ਪਾ ਲੈਂਦੇ ਹਾਂ ਸਾਂਝ ਨੂੰ ਜਿਹੜਾ ਖਤਮ ਕਰ ਦਿੰਦੇ ਹਾਂ ਪਰ ਇਸ ਵਾਰ ਇਹ ਉਪਰਾਲਾ ਜਿਹੜਾ ਮੈਨੂੰ ਲੱਗਦਾ ਬੀਬੀਆਂ ਨੇ ਇੱਥੇ ਜਿਹੜਾ ਭਜਾਉਣ ਦਾ ਯਤਨ ਕੀਤਾ ਹੋਰ ਵੀ ਪਿੰਡ ਦੇ ਲੋਕ ਖੜੇ ਨੇ ਲੀਡਰ ਆਏ ਸੀ ਤੁਸੀਂ ਵੀ ਫਿਰ ਭਜਾਉਣ ਦੇ ਹੱਕ 'ਚ ਸੀ ਹਾਂਜੀ ਕਿਉਂ ਕੀ ਗੱਲ ਹੋਈ ਵੋਟਾਂ ਮਾਨੇ ਮਤਵਲੀ ਜੇ ਹੁੰਦੇ ਆ ਵੋਟਾਂ ਲੈ ਕੇ ਚੱਲ ਜਾਂਦੇ ਮੁੜ ਕੇ ਪੁੱਛਦੇ ਨਹੀਂਗੇ ਕੰਮ ਨਹੀਂ ਕਰਦੇ ਕੋਈ ਹੁਣ ਤੁਹਾਨੂੰ ਫਿਰ ਇਹ ਪਤਾ ਲੱਗ ਗਿਆ ਵੀ ਜਦੋਂ ਲੀਡਰ ਐਂ ਕਰਦੇ ਆ ਸਾਨੂੰ ਇਦਾਂ ਕਰਨਾ ਚਾਹੀਦਾ ਹਾਂਜੀ ਵੇਖੋ ਹਾਂਜੀ ਇਹ ਪੱਗਾਂ ਆਪਦੇ ਬੈਗ 'ਚ ਨਾਲ ਹੀ ਰੱਖਦੇ ਨੇ ਜੇ ਨਹੀਂ ਇਹਨਾਂ ਕੋਲ ਬੈਗ ਹੈਗਾ ਹੁਣ ਐਟ ਏ ਟਾਈਮ ਦੇਖ ਸਕਦੇ ਵੇਖੋ ਇਹ ਲੀਡਰ ਜਿਹੜੇ ਆਏ ਸੀ ਤੁਹਾਨੂੰ ਆਪਾਂ ਉਸ ਲੀਡਰ ਨਾਲ ਵੀ ਮਿਲਾਵਾਂਗੇ ਜਿਹੜਾ ਇੱਥੋਂ ਭਜਾਇਆ ਗਿਆ ਪਹਿਲੀ ਪੰਜਾਬ ਦਾ ਇਹ ਪਹਿਲਾ ਪਿੰਡ ਆ ਜਿੱਥੋਂ ਪਹਿਲੀ ਇਹ ਸ਼ੁਰੂਆਤ ਹੋ ਚੁੱਕੀ ਆ ਸੋਚ ਲੈਣਾ ਚਾਹੀਦਾ ਲੀਡਰਾਂ ਨੂੰ ਕਿ ਲੋਕ ਜਿਹੜੇ ਬਹੁਤ ਅਵੇਅਰ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਨੇ ਇਹ ਹਾਲਾਤ ਆ ਜਿਹੜੇ ਬਣਦੇ ਜਾਣਗੇ ਬਾਈ ਜੀ ਪ੍ਰੋਗਰਾਮ ਸਾਂਝਾ ਰੱਖਿਆ ਸੀ ਹਾਂਜੀ ਪ੍ਰੋਗਰਾਮ ਸਾਂਝਾ ਸੀਗਾ ਜੀ ਇੱਥੇ ਬਾਕੀ ਜਿਹੜੇ ਲੀਡਰ ਹੁੰਦੇ ਆ ਜਗਾੜੀ ਜੇ ਹੁੰਦੇ ਆ ਜੀ ਜਿੱਧਰ ਜਗਾੜ ਲੋੜ ਆਵੇ ਉਧਰੇ ਚਲੇ ਜਾਂਦੇ ਆ ਕੀ ਕਹਿਣਾ ਬਾਈ ਲੋਕ ਵੋਟਾਂ ਲੈ ਕੇ ਚਲੇ ਜਾਂਦੇ ਆ ਵਾਅਦੇ ਵੱਡੇ ਵੱਡੇ ਕਰਕੇ ਮੁਕਰ ਜਾਂਦੇ ਆ ਤੇ ਬਾਅਦ ਚਾਰੋ ਜਗਾੜ ਜਾਵੇ ਤੇ ਜਿਵੇਂ ਜਗਾੜ ਜਾ ਜਿੱਥੇ ਫੈਟ ਆਉਂਦਾ ਇਹ ਆਪਦੀ ਉੱਥੇ ਸੈਟਿੰਗ ਕਰ ਲੈਂਦੇ ਫਿਰ ਇਹ ਜਿਹੜਾ ਲੋਕਾਂ ਨੂੰ ਭੁੱਲ ਜਾਂਦੇ ਜਿਹੜਾ ਲੀਡਰ ਨੂੰ ਤੁਸੀਂ ਭਜਾਇਆ ਇਦਾਂ ਹੀ ਕਰਦਾ ਸੀ ਹਾਂ ਬਿਲਕੁਲ ਕਰਦੇ ਕਿਤੇ ਉਸ ਪਾਰਟੀ ਕਦੇ ਉਸ ਪਾਰਟੀ ਕਦੇ ਉਸ ਪਾਰਟੀ ਕਦੇ ਉਸ ਪਾਰਟੀ ਕੀ ਕਹਿਣਾ ਲੋਕਾਂ ਨੂੰ ਕੀ ਕਹਿਣਾ ਕਈ ਵਾਰੀ ਵੋਟਾਂ ਦੇ ਵਿੱਚ ਆਪਾਂ ਵੇਖਦੇ ਆ ਲੀਡਰਾਂ ਦੇ ਪਿੱਛੇ ਜਾਂ ਪਿੰਡ 'ਚ ਜਿਹੜੇ ਚੰਦ ਕ ਚਮਚੇ ਹੁੰਦੇ ਉਹਨਾਂ ਪਿੱਛੇ ਆਪਦੀ ਭਾਈਚਾਰਕ ਸਾਂਝ ਵੀ ਖਰਾਬ ਕਰਨ ਦੇ ਲੜ ਲੈਂਦੇ ਨਹੀਂ ਨਹੀਂ ਜੀ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਕਰਨੀ ਚਾਹੀਦੀ ਭਾਈਚਾਰਕ ਸਾਂਝ ਖਰਾਬ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਸਗਾਂ ਇਕਮੁੱਠ ਹੋਣਾ ਚਾਹੀਦਾ ਔਰ ਜੋ ਲੀਡਰ ਗਲਤ ਹੈ ਉਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਚਾਹੀਦਾ ਕਿਉਂਕਿ ਅਸੀਂ ਵੋਟਾਂ ਪਾਈਆਂ ਹਨਾ ਫਰਜ਼ ਵੋਟਾਂ ਪਾਈਆਂ ਸਾਡੀਆਂ ਵੋਟਾਂ ਨਾਲ ਹੀ ਉਹ ਕੁਝ ਵੀ ਬਣੇ ਇੱਥੋਂ ਤੱਕ ਸਾਡੀਆਂ ਵੋਟਾਂ ਨਾਲ ਹੀ ਬਣੇ ਆ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਪਿੰਡ ਵਾਲੇ ਲੋਕਾਂ ਨੇ ਇਹ ਗੱਲ ਆਪਾਂ ਨੂੰ ਜਿਹੜੀ ਦੱਸੀ ਆ ਕਿ ਆਪਦੀ ਭਾਈਚਾਰਕ ਸਾਂਝ ਕਦੇ ਖਤਮ ਨਾ ਕਰੋ ਕਿਉਂਕਿ ਲੀਡਰ ਵੋਟਾਂ ਲੈ ਲੈਂਦੇ ਨੇ ਭੱਜ ਲੈਂਦੇ ਨੇ ਪ੍ਰੋਗਰਾਮ ਜਿਹੜਾ ਇਸ ਵਾਰ ਰੱਖਿਆ ਗਿਆ ਸੀ ਤੁਹਾਨੂੰ ਪਤਾ ਸੀ ਵੀ ਇਹ ਲੀਡਰ ਪਹੁੰਚੂਗਾ ਇਸ ਵਾਰ ਪ੍ਰੋਗਰਾਮ ਤੁਸੀਂ ਮਿੱਥ ਕੇ ਰੱਖਿਆ ਸੀ ਫਿਰ ਹਾਂ ਬਿਲਕੁਲ ਅਸੀਂ ਮਿੱਥ ਕੇ ਰੱਖਿਆ ਜੀ ਪ੍ਰੋਗਰਾਮ ਵੀ ਉਹ ਸਾਨੂੰ ਕਮਲੇ ਬਣਾ ਕੇ ਵੋਟਾਂ ਲੈ ਗਿਆ ਤੇ ਐਤਕੀ ਫੇਰ ਕੁਛ ਨਾ ਕੁਛ ਨਵਾਂ ਆ ਕੇ ਬੰਬ ਫੋੜੂਗਾ ਤੇ ਪਲੈਨਿੰਗ ਸੀਗੀ ਪਹਿਲਾਂ ਤੁਸੀਂ ਫਿਰ ਆਖਿਆ ਵੀ ਇਸ ਵਾਰ ਫਿਰ ਅਸੀਂ ਵੀ ਹਾਰ ਪਾਵਾਂਗੇ ਪਾਤੇ ਪਰ ਦੂਜੂ ਪਾਤੇ ਫਿਰ ਠੀਕ ਆ ਇਸ ਵਾਰ ਜਿਹੜੀ ਹੁਣ ਤੁਸੀਂ ਇਹ ਪਾਰਟੀ ਰੱਖੀ ਸੀ ਤੁਸੀਂ ਵੀ ਚੰਗੇ ਲੀਡਰਾਂ ਨੂੰ ਲਿਆਉਣਾ ਚਾਹੁੰਦੇ ਹੋ ਅੱਗੇ ਨਵੇਂ ਮੁੰਡੇ ਨੂੰ ਜਿਹੜਾ ਇਹ ਬੰਦਾ ਆਇਆ ਸੀ ਹੋਰ ਪਾਰਟੀ ਦਾ ਸੀ ਲੀਡਰ ਇਹ ਪਹਿਲਾਂ ਹੋਰ ਪਾਰਟੀ ਹੋਰ ਨਵੀਂ ਜੁਆਇਨਿੰਗ ਕਰ ਰਿਹਾ ਸੀ ਹੁਣ ਸਾਨੂੰ ਮੂਰਖ ਬਣਾ ਰਿਹਾ ਸੀਗਾ ਵੀ ਤੁਸੀਂ ਵੀ ਇੱਧਰ ਆਓ
ਵੀ ਉਹ ਚੰਗੀ ਪਾਰਟੀ ਨਹੀਂ ਜਿਹੜੀ ਮੈਂ ਪਹਿਲਾਂ ਛੱਡੀ, ਆਹ ਚੰਗੀ ਆ, ਤੁਸੀਂ ਵੀ ਇੱਧਰ ਆਓ। ਅੱਛਾ, ਲੀਡਰ ਐਂ ਬਹੁਤ ਕਰਦੇ ਬਾਈ ਜੀ ਵੀ ਜਿਵੇਂ ਆਹ ਪਾਰਟੀ 'ਚ ਆਪਾਂ ਉਹਦੇ ਖਿਲਾਫ ਖੜੇ ਹੁੰਦੇ, ਸਾਡੇ ਲੋਕ ਵੀ ਇੱਦਾਂ ਕਰਦੇ ਆ, ਜਿਹੜੀ ਆਪਾਂ ਵਿਰੋਧੀ ਪਾਰਟੀ ਦੇ ਲੀਡਰ ਉਹਦੇ ਖਿਲਾਫ ਬੋਲਦੇ ਹਾਂ, ਜਦੋਂ ਉਹੀ ਲੀਡਰ ਸਾਡੀ ਪਾਰਟੀ 'ਚ ਆ ਜੇ ਫਿਰ ਉਹ ਛੇਤੀ ਦੁੱਧ ਧੋਤਾ ਹੋ ਜਾਂਦਾ, ਅਸੀਂ ਚੰਗਾ ਕਹਿੰਦੇ, ਲੋਕਾਂ ਦੀ ਵੀ ਗਲਤੀ ਹੈ ਇਹ 'ਚ। ਹਾਂ ਬਿਲਕੁਲ, 100% ਗਲਤੀ, ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੀ ਉਹੀ ਬੰਦਾ ਹੈ ਜਿਹੜਾ ਪਹਿਲੀ ਵਾਰ ਆਹ ਕੁਛ ਕਰ ਗਿਆ ਸਾਡੇ ਨਾਲ, ਤੇ ਹੁਣ ਵੀ ਕਿੰਨਾ ਕੁ ਚੰਗਾ ਬਣ ਜੂਗਾ ਇਹ ਪਾਰਟੀ ਦਲ ਬਦਲੂ ਹੁੰਦੇ ਨੇ, ਥੋੜ੍ਹਾ ਜਿਹਾ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਜੀ। ਬਿਲਕੁਲ, ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ। ਪਰ ਉਸ ਲੀਡਰ ਨਾਲ ਵੀ ਮੁਲਾਕਾਤ ਕਰਾਂਗੇ ਜਿਹੜਾ ਪੈਰ ਪੈਰ 'ਤੇ ਇੱਥੇ ਪਾਰਟੀ ਬਦਲਦਾ ਸੀਗਾ, ਠੀਕ ਆ, ਉਹ ਇੱਥੋਂ ਜਿਹੜਾ ਭਜਾਇਆ ਗਿਆ ਉਹਦੇ ਹੱਥ ਦੇ ਵਿੱਚ ਕਹਿੰਦੇ ਬੈਗ ਸੀ, ਬੈਗ ਦੇ ਵਿੱਚ ਉਹ ਚੀਜ਼ਾਂ ਰੱਖਦਾ ਜਿਹੜੀਆਂ ਕਿ ਹਰ ਪੰਜਾਬ ਦਾ ਲੀਡਰ ਰੱਖਦਾ, ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਚੀਜ਼ ਆ ਜਿਹੜੀ ਪਾਰਟੀ ਬਦਲੀ ਜਾਂਦੀ ਆ, ਸਿਰਫ ਇੱਕੋ ਹੀ ਚੀਜ਼ ਆ ਜਿਹਦੇ ਨਾਲ ਪਾਰਟੀ ਬਦਲੀ ਜਾਂਦੀ ਆ, ਉਹ ਚੀਜ਼ ਤੁਹਾਡੇ ਤੱਕ ਦਿਖਾਵਾਂਗੇ। ਇਹ ਪਹਿਲੀ ਵਾਰ ਪੰਜਾਬ ਦੇ ਪਹਿਲਾ ਪਿੰਡ ਆ ਜਿਨ੍ਹਾਂ ਨੇ ਜਾਗਰੂਕ ਹੋ ਕੇ ਉਹਨਾਂ ਲੀਡਰਾਂ ਨੂੰ ਭਜਾਇਆ, ਹਰੇਕ ਲੀਡਰ ਨੂੰ ਨਹੀਂ ਜਿਹੜੇ ਦਲ ਬਦਲੂ ਆ, ਜਿਨ੍ਹਾਂ ਨੇ ਪਾਰਟੀ ਬਦਲੀ ਆ ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਮੁਲਾਕਾਤ ਆ ਆਪਾਂ ਉਸ ਲੀਡਰ ਦੇ ਨਾਲ ਤੁਹਾਡੀ ਮੁਲਾਕਾਤ ਆ ਜਿਹੜੀ ਉਹ ਕਰਵਾਵਾਂਗੇ। ਅਸਾਂ 2 ਮਿੰਟ ਗੱਲ ਕਰਨੀ ਆ, 2 ਮਿੰਟ ਦੇ ਵਾਸਤੇ ਗੱਲ, 1 ਮਿੰਟ ਰੋਕੋ ਵੀ ਜੀ, ਨੇੜੇ ਕਰ ਲਓ ਕੈਮਰਾ, ਨੇੜੇ ਕਰ ਲਓ। ਅੱਛਾ, ਤੁਹਾਨੂੰ ਕੀ ਪ੍ਰੋਗਰਾਮ ਕੀ ਰੱਖਿਆ ਗਿਆ ਸੀ ਇੱਥੇ ਜੀ? ਪ੍ਰੋਗਰਾਮ ਸੀਗੀ, ਮੀਟਿੰਗ ਸੀਗੀ। ਨਹੀਂ, ਮੀਟਿੰਗ ਫਿਰ ਤੁਹਾਨੂੰ ਭਜਾਇਆ ਕਿਉਂ ਗਿਆ ਜੀ? ਭਜਾਉਣ ਵਾਲੀ ਕਿਹੜੀ ਗੱਲ ਹੈ, ਆਪਾਂ ਸ਼ਾਮਿਲ ਹੋਣਾ ਸੀ ਦੂਜੀ ਪਾਰਟੀ 'ਚ, ਤੇ ਦੂਜੀ ਪਾਰਟੀ 'ਚ ਕਿਉਂ ਸ਼ਾਮਿਲ ਹੋਣਾ ਸੀ? ਪਹਿਲੀ ਪਾਰਟੀ ਕਿਵੇਂ ਮਾੜੀ ਸੀਗੀ ਤੁਹਾਡੀ? ਮਾੜੀ ਜਾਂ ਚੰਗੀ ਉੱਥੇ ਆਪਾਂ ਨੂੰ ਸਰ 1 ਮਿੰਟ ਰੋਕ ਲਓ ਗੱਲ, 1 ਮਿੰਟ ਗੱਲ ਕਰਨੀ ਹੈ ਜੀ, 2 ਮਿੰਟ 2 ਮਿੰਟ ਜੀ। ਮਾੜੀ ਚੰਗੀ ਦਾ ਸਵਾਲ ਨਹੀਂ ਆ, ਸਾਡੇ ਵੀ ਆਪਦੇ ਕੁਛ ਸਵਾਰਥ ਹੁੰਦੇ ਆ, ਨੇਤਾ ਨੇ ਵੀ ਨਹੀਂ ਸਵਾਰਥ ਤਾਂ ਹੁੰਦੇ ਆ, ਪਰ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਵੱਲ ਵੀ ਤਾਂ ਵੇਖੋ, ਤੁਹਾਨੂੰ ਲੀਡਰ ਬਣਾਇਆ ਗੱਡੀਆਂ 'ਚ, ਅੱਜ ਤੁਸੀਂ ਘੁੰਮ ਰਹੇ ਹੋ ਵੋਟਾਂ ਨਾਲ ਹੀ ਘੁੰਮਦੇ ਹੋ। ਲੋਕਾਂ ਦਾ ਕੀ ਆ, ਲੋਕ ਬਸ ਲੋਕ ਮੰਨ ਜਾਂਦੇ ਹੁੰਦੇ ਆ, ਅਸੀਂ ਆਪਦਾ ਜਿੱਦਾਂ ਦੇਖਣਾ ਆਪਦਾ ਵੀ ਕੁਛ ਪਰਿਵਾਰ ਵੀ ਦੇਖਣੇ ਆ। ਨਹੀਂ ਪਰਿਵਾਰ ਵੇਖੋ, ਹੁਣ ਪਰਿਵਾਰਵਾਦ ਦੀ ਗੱਲ ਬਹੁਤ ਆਉਂਦੀ ਆ ਪਾਰਟੀਆਂ ਦੇ ਵਿੱਚ ਵੀ, ਇਹ ਪਰਿਵਾਰਵਾਦ ਕਰਕੇ ਵਾਕਈ ਇਹ ਸੀਟਾਂ ਜਿਹੜੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਹੁੰਦੀਆਂ, ਪਰ ਤੁਸੀਂ ਇੱਕ ਵਾਰ ਇਹ ਕਿਹਾ ਗਿਆ ਤੁਹਾਡੇ ਤੇ ਐਡੇ ਵੱਡੇ ਬਲੇਮ ਲਾਏ ਆ ਪਿੰਡ ਦੇ ਲੋਕਾਂ ਨੇ ਭਜਾਇਆ ਵੀ ਹਰ ਵਾਰ, ਇੱਕ ਵਾਰ ਨਹੀਂ ਚਲੋ ਇੱਕ ਪਾਰਟੀ ਗਲਤ ਹੋ ਸਕਦੀ ਆ, ਹਰ ਵਾਰ ਇਹ ਲੀਡਰ ਪਾਰਟੀ ਬਦਲਦਾ। ਹਰ ਵਾਰ ਕੀ ਕਰੀਏ, ਦੂਜੇ ਜਿਹੜੇ ਤਾਂ ਬੈਠੇ ਸਾਡੇ ਪਿੱਛੇ ਪਤਾ ਕੀ ਕੁਛ ਲਾਈ ਫਿਰਦੇ ਆ, ਸਾਨੂੰ ਨਹੀਂ ਡਰ ਹੈਗਾ ਕਿ ਰੇਡਾਂ ਪੈਂਦੀਆਂ? ਰੇਡਾਂ ਪੈਂਦੀਆਂ, ਸਾਰਾ ਕੁਛ ਹੁੰਦਾ, ਡਰ ਆ, ਅਸੀਂ ਡਰਦੇ ਮਾਰੇ ਡਰ ਆ, ਰੇਡਾਂ ਪੈਂਦੀਆਂ ਇਹਨਾਂ ਦੇ, ਕਹਿੰਦੇ ਇਸੇ ਕਰਕੇ ਸਾਨੂੰ ਹਰ ਵਾਰ ਜਿਹੜੀ ਪਾਰਟੀ ਬੈਗ ਦੀ, ਤੁਹਾਡੇ ਬੈਗ ਦੀ ਬੜੀ ਚਰਚਾ ਹੋਈ ਆ ਜੀ, ਬੈਗ 'ਚ ਸਮਾਨ ਬੈਗ ਤਾਂ ਵਿਖਾਓ ਜੇ, ਕਹਿੰਦੇ ਨਹੀਂ ਤੋਰੋ ਨਾ ਸਰ, ਗੱਡੀ ਵੇਖੋ ਤੋਰੇ ਨੇ ਗੱਲ ਨਹੀਂ, ਬੈਗ ਵਿਖਾਓ ਤੁਸੀਂ, ਨਹੀਂ ਬੈਗ ਨਹੀਂ ਵਿਖਾਉਣਾ, ਪਰ 1 ਮਿੰਟ ਗੱਲ ਤਾਂ ਕਰੋ ਸਰ, 1 ਮਿੰਟ ਗੱਲ ਤਾਂ ਨਹੀਂ, ਗੱਲ ਰੋਕੋ ਰੋਕੋ 1 ਮਿੰਟ ਗੱਲ, ਨਹੀਂ ਹਾਂ ਗੱਲ, ਤੁਸੀਂ ਥੱਲੇ ਉਤਰ ਕੇ ਗੱਲ ਕਰੋ ਸਰ ਜੀ, ਥੱਲੇ ਥੱਲੇ ਉਤਰ ਕੇ, ਲੀਡਰ ਸਾਹਿਬ ਉਤਰੇ ਨੇ, ਗੱਲਬਾਤ ਕਰਾਂਗੇ ਸਰ, ਨਹੀਂ ਫਿਰ ਕੀ ਗੱਲ ਹੋਈ ਹੈ ਜਿਹੜਾ ਇਸ ਵਾਰ ਤੁਹਾਨੂੰ ਇਸ ਵਾਰ ਜਿਹੜਾ ਭਜਾਇਆ ਗਿਆ ਜੀ, ਇਹਨੂੰ ਭਜਾਉਣਾ ਕਹਿੰਦੇ ਤੁਸੀਂ? ਨਹੀਂ ਭਜਾਉਣਾ, ਅਸੀਂ ਵੇਖਿਆ, ਵੇਖੋ ਅਸੀਂ ਸਟਾਰਟਿੰਗ ਦੇ ਵਿੱਚ ਉਹ ਚੀਜ਼ ਵੇਖ ਰਹੇ ਸੀਗੇ ਜਿਹੜਾ, ਪਰ ਸਰ ਬੈਗ ਸਾਨੂੰ 1 ਵਾਰੀ ਜ਼ਰੂਰ, ਬੈਗ 'ਚ ਜੀ, ਬੈਗ 'ਚ ਮੇਰੇ ਪਰਸਨਲ ਕੱਪੜੇ ਆ, ਹੋਰ ਉਹ 'ਚ ਕੀ? ਪਰਸਨਲ ਕੱਪੜੇ ਅਸੀਂ ਵੇਖਣਾ ਚਾਹੁੰਦੇ, ਉਹ ਕਹਿੰਦੇ ਕਿ ਹਰ ਵਾਰ ਜਿਹੜੀ ਨੇ ਤਲਾਸ਼ੀ ਲੈਣ ਵਾਲੇ, ਨਹੀਂ ਤਲਾਸ਼ੀ ਲੈਣ ਵਾਲੇ, 1 ਮਿੰਟ, ਤੁਹਾਨੂੰ ਲੋਕਾਂ ਨੇ ਇੱਥੋਂ ਦੇ ਲੀਡਰ ਬਣਾ ਦਿੱਤਾ, ਵੋਟਾਂ ਪਾ ਦਿੱਤੀਆਂ, ਪਰ ਹਰ ਵਾਰ ਪਾਰਟੀ ਗੱਲ ਸਵਾਰਥ ਵੇਖ ਕੇ ਬਦਲ ਲਈ, ਉਹ ਕੀ ਕਰੀਏ, ਸਾਡੇ ਪਿੱਛੇ ਬਹੁਤ ਕੁਛ ਲਾਈ ਫਿਰਦੇ ਆ ਲੋਕ, ਦੂਜੇ ਤਾਂ ਬੈਠੇ ਆ, ਸਾਡਾ ਅਸੀਂ ਆਪਦਾ ਮਾਸ ਬਚਾਉਂਦੇ ਫਿਰਦੇ ਆ। ਦੇਖੋ ਮਾਸ, ਜੇ ਤੁਸੀਂ ਇੰਨੇ ਮਾਸ ਬਚਾਉਣਾ ਸੀ ਤਾਂ ਫਿਰ ਸਿਆਸਤ 'ਚ ਉਤਰਨਾ ਹੀ ਨਹੀਂ ਸੀ, ਫਿਰ ਤੁਸੀਂ ਲੋਕਾਂ ਨਾਲ ਉਹ ਵਾਅਦੇ ਕਿਉਂ ਕਰਦੇ? ਅਸੀਂ ਆਪਦੇ ਪਤਾ ਕਿਉਂ ਗਏ ਆ ਦੂਜੀ ਪਾਰਟੀ 'ਚ, ਵਿਕਾਸ ਦੀ ਖਾਤਰ, ਆਪਦੇ ਇਲਾਕੇ ਦਾ ਵਿਕਾਸ ਕਰਾਉਣਾ ਸੀ, ਇੱਥੇ ਕੋਈ ਸਾਨੂੰ ਗੱਲ ਪੁੱਛਦਾ ਹੀ ਨਹੀਂ ਸੀਗਾ। ਜਿਹੜੀ ਪਾਰਟੀ ਨੇ ਤੁਹਾਨੂੰ ਸੀਟ ਦਿੱਤੀ, ਜਿੱਥੋਂ ਤੁਸੀਂ MLA ਜਿੱਤ ਗਏ, ਜਿੱਥੋਂ ਤੁਸੀਂ ਇਹਨਾਂ ਲੋਕਾਂ ਦਾ ਵੋਟਾਂ ਲਈਆਂ, ਕਿ ਉਹਨਾਂ ਨੇ ਤੁਹਾਡੇ ਆਪਣਾ ਇਹ ਕਹਿ ਲਿਆ ਕਿ ਉਹਨਾਂ ਨੇ ਵਿਕਾਸ ਨਹੀਂ ਕੀਤਾ? ਨਹੀਂ ਕੀਤਾ, ਲੋਕ ਤਾਂ ਵੋਟ ਫੇਰ ਵੀ ਪਾਉਣਗੇ ਮੈਨੂੰ, ਅਗਲੀ ਵਾਰ ਫੇਰ ਪਾ ਦੇਣੀ ਆ ਲੋਕਾਂ ਨੇ ਵੋਟ। ਲਓ ਹੁਣ ਇਹ ਲੋਕਾਂ ਨੇ ਸੋਚਣਾ ਵੀ ਜਿਹੜੇ ਦਲ ਬਦਲੂ ਨੇਤਾ ਨੇ, ਜਿਹੜੇ ਲੀਡਰ ਨੇ ਇੱਕ ਤੋਂ ਦੂਜੀ ਪਾਰਟੀ 'ਚ ਜਾਂਦੇ ਨੇ, ਉਹਨਾਂ ਨੂੰ ਵੋਟ ਪਾਉਣਾ ਕਿੰਨਾ ਕੁ ਸਹੀ ਆ। ਇਹ ਕਹਿੰਦੇ ਕਿ ਅਸੀਂ ਹਰ ਵਾਰ, ਪਰ ਉਹ ਬੈਗ ਦੀ ਗੱਲ ਹੋਊਗੀ, ਬੈਗ ਲੈ ਕੇ ਪਹੁੰਚਿਆ ਵਜ਼ੀਰਾ ਜਿਹੜਾ ਡਰਾਈਵਰ ਆ ਇਸ ਆਪਣੇ ਲੀਡਰ ਦਾ, ਸਰ ਫਿਰ ਵੀ 1 ਵਾਰ ਬੈਗ ਦਿਖਾ ਦਿਓ, ਵੇਖੋ ਸਾਡੇ ਚੈਨਲ ਨਾਲ ਲੋਕ ਜਿਹੜੇ ਜੁੜੇ ਨੇ, 1 ਵਾਰ ਦਿਖਾ ਦਿਓ ਬੈਗ, ਬੈਗ 'ਚ ਮੇਰੇ ਪਰਸਨਲ ਕੱਪੜੇ ਆ, 1 ਵਾਰੀ ਦਿਖਾ ਦਿਓ, ਦਿਖਾਵਾਂ ਕੀ ਬੈਗ, ਨਹੀਂ ਫਿਰ ਪਰਸਨਲ ਵੀ ਤਾਂ ਦਿਖਾ। ਲਓ ਹੁਣ ਉਹ ਬੈਗ ਦੇ ਵਿੱਚੋਂ ਜਿਹੜੀ ਪੰਜਾਬ ਦੀ ਸਿਆਸਤ ਆ ਜਿਹੜੀ ਦਿਖਾਓ ਜੀ, ਬੈਗ ਦਿਖਾ ਦਿੰਦੇ, ਦਿਖਾ ਦਿਆਂਗੇ ਜੀ, ਇਹ 'ਚ ਮੇਰੀਆਂ ਪੱਗਾਂ, ਹੋਰ ਕੀ ਆ,
ਪੱਗਾਂ ਮਤਲਬ ਪੱਗਾਂ ਕਿਵੇਂ ਜੀ? ਪੱਗਾਂ ਮੇਰੀਆਂ ਜਿਹੜਾ ਜਿੱਥੇ ਮੈਨੂੰ ਲੋਟ ਲੱਗਦਾ ਉਹ ਮੈਂ ਬੰਨ ਲੈ। ਲਓ ਆਹ ਬਦਲੀ ਜਾਂਦੀ ਆ ਪੰਜਾਬ ਦੇ ਲੀਡਰਾਂ ਦੇ ਰੰਗ, ਅੱਜ ਤੁਹਾਨੂੰ ਮੈਂ ਦਿਖਾਉਣ ਲੱਗਿਆ, ਤੁਸੀਂ ਦੇਖ ਕੇ ਹੈਰਾਨ ਹੋਵੋਗੇ। ਸੋਚੋ ਹੁਣ ਇਹ ਤੁਸੀਂ ਵੇਖਣਾ ਵੀ ਇਹ ਬਣਦਾ ਕੀ ਆ। ਵਾਲੀਆਂ ਸਰ ਕੱਢਦਾ ਨਹੀਂ, ਵੇਖਣਗੇ। ਦੇਖੋ ਹੁਣ ਇਹ ਪਾਰਟੀਆਂ ਬਦਲੀਆਂ ਕਿਵੇਂ ਜਾਂਦੀਆਂ, ਇੱਥੇ ਲੀਡਰ ਧੋਤਾ ਨਹੀਂ ਜਾਂਦਾ। ਆਹ ਸਿਆਸਤ ਆ ਪੰਜਾਬ ਦੀ, ਤੁਸੀਂ ਧਿਆਨ ਨਾਲ ਵੇਖ ਲਓ। ਆਹ ਪੱਗਾਂ ਦੇ ਰੰਗ ਇਹ ਬਦਲਦੇ ਆ ਲੀਡਰ ਜਦੋਂ ਦੂਜੀ ਪਾਰਟੀ 'ਚ ਜਾਣਾ। ਹੁਣ ਆਹ ਪੱਗ ਦਾ ਰੰਗ ਤੁਸੀਂ ਵੇਖਣਾ ਕਿਹੜੀ ਪਾਰਟੀ ਦਾ, ਆਹ ਨੀਲਾ ਰੰਗ ਕਿਹੜੀ ਪਾਰਟੀ ਦਾ, ਹਰਾ ਕਿਹੜੀ ਪਾਰਟੀ ਦਾ, ਅਤੇ ਆਹ ਚਿੱਟਾ ਵੀ ਬੰਨੀ ਬੈਠਾ ਹੈ, ਇਹਨੇ ਹਾਥੀ ਵਾਲੇ ਵੀ ਨਹੀਂ ਬਖਸ਼ੇ, ਚਿੱਟਾ ਉਹਨਾਂ 'ਚ ਵੀ ਜਾਣ ਦੀ ਤਿਆਰੀ ਹੈ। ਤੁਸੀਂ ਦੇਖੋ ਹਜੇ ਮੈਂ ਕਹਿੰਦਾ ਸਾਡੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ। ਅੱਛਾ ਇਹ ਪੱਗਾਂ ਨਾਲ ਸਿਆਸਤ ਬਦਲੀ ਜਾਂਦੀ? ਸਿਆਸਤ ਬਦਲੀ, ਅਸੀਂ ਬਦਲਦੀ ਨਹੀਂ ਸਿਆਸਤ, ਅਸੀਂ ਜੇ ਅਸੀਂ ਸਵਾਰਥੀ ਆ ਨਾ, ਅਸੀਂ ਬਦਲ ਜਾਂਦੇ ਹਾਂ ਤਾਂ ਲੋਕ ਵੀ ਬਦਲ ਜਾਂਦੇ ਆ, ਲੋਕ ਵੀ ਪੈਸੇ ਲੈ ਕੇ ਵੋਟਾਂ ਪਾਉਂਦੇ ਆ। ਇੱਕ ਇੱਕ ਦਾਰੂ ਦੀ ਬੋਤਲ ਤੇ ਵਿਕ ਜਾਂਦੇ ਆ ਲੋਕ, ਮੁਫਤ ਦੇ ਰਾਸ਼ਨ ਤੇ ਵਿਕਦੇ ਆ ਲੋਕ, ਕੋਈ LED ਤੇ ਵਿਕਦਾ, ਕੋਈ 2-2 ਹਜ਼ਾਰ ਰੁਪਏ ਤੇ ਵਿਕ ਜਾਂਦਾ, ਤੇ ਅਸੀਂ ਤਾਂ ਫਿਰ ਵਿਕਣਾ ਹੀ ਹੈ। ਵੇਖੋ ਵਿਕਣਾ, ਹੁਣ ਇਹ ਗੱਲ ਇਹਨਾਂ ਦੀ ਧਿਆਨ ਨਾਲ ਸੁਣ ਲਓ। ਮੈਂ ਕਹਿੰਦਾ ਉਹ ਲੋਕ ਜਿਹੜੇ, ਸਹੀ ਗੱਲ ਆ, ਵੋਟਾਂ ਵਾਲੇ ਸ਼ਰਾਬ ਖੀਰੇ ਖਾ ਜਾਂਦੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਆਹ ਜਿਹੜੇ ਅੱਜ ਬੋਲ ਨੇਤਾ ਦੇ ਆ, ਤੁਹਾਡੇ ਲਈ ਸੱਚੇ ਬੋਲ ਆ, ਪਰ ਜਦੋਂ ਤੁਸੀਂ ਆਪ ਹੀ ਸ਼ਰਾਬ ਵੰਡਦੇ ਹੋ, ਆਪ ਹੀ LEDਾਂ ਵੰਡਦੇ ਹੋ, ਆਪ ਹੀ 2-2 ਹਜ਼ਾਰ ਰੁਪਏ ਦਿਨ, ਤੁਹਾਨੂੰ ਪਤਾ ਹੁੰਦਾ ਵੀ ਜ਼ਮੀਰ ਇੰਨੀ ਕੁ ਸਸਤੀ ਹੈ ਲੋਕਾਂ ਦੀ? ਉਹ ਵੇਖ ਮੰਗਦੇ ਆ ਸਾਥੋਂ, ਇੱਦਾਂ ਬਿਨਾਂ ਵੋਟਾਂ ਹੀ ਪੈਂਦੀਆਂ ਆ, ਅਸੀਂ ਖਰੀਦਦੇ ਹਾਂ ਵੋਟਾਂ, ਫਿਰ ਜਾ ਕੇ ਬਣਦੇ ਹਾਂ ਅਸੀਂ, ਉਸ ਲੀਡਰ ਬਣਦੇ, ਐਵੇਂ ਤਾਂ ਲੋਕ ਨਹੀਂ ਬਣਾ ਦਿੰਦੇ। ਅੱਛਾ ਜੇ ਤੁਹਾਨੂੰ ਇਹ ਹੈ ਵੀ ਪੰਜਾਬ ਦੇ ਵਿੱਚ ਜੇ ਪਾਰਟੀ ਬਦਲਣੀ ਆ ਤਾਂ ਉਹਦੇ ਬਸ ਪੱਗ ਬਦਲ ਲਓ? ਪੱਗ ਬਹੁਤ ਕੁਛ ਬਦਲਣਾ ਪੈਂਦਾ ਹੈਗਾ, ਪੱਗ ਬਦਲਣ ਨਾਲ। ਅੱਛਾ ਤੁਸੀਂ ਪੱਗਾਂ ਨਾਲ ਲੈ ਕੇ ਆਏ, ਪਰ ਪੱਗ ਤੁਸੀਂ ਬੰਨ ਕੇ ਨਹੀਂ ਆਏ, ਤੁਸੀਂ ਇਹ ਮੌਕੇ ਦੀ ਤਾਕਤ ਸੀ ਵੀ ਜਿੱਧਰ ਨੂੰ ਪੱਲੜਾ ਭਾਰੀ ਹੋਇਆ ਉਹੀ ਬੰਨ ਲੈਣੀ? ਹਾਂਜੀ ਹਾਂਜੀ, ਇਹ ਸੱਚ ਹੈ। ਲਓ ਜੀ ਇਹ ਸੱਚ ਆ ਸਾਡੇ ਲੀਡਰਾਂ ਦਾ, ਜਿਹੜੇ ਪਾਸੇ ਪੱਲੜਾ ਭਾਰੀ ਹੁੰਦਾ ਉਹ ਪੱਗ ਆ ਜਿਹੜੀ ਇਹ ਬੰਨ ਲੈਂਦੇ ਆ, ਜਿਹੜੀ ਮਰਜ਼ੀ ਪਾਰਟੀ ਹੋਵੇ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਜਿਹੜਾ ਬੰਦਾ ਸਿਆਸਤ ਦੀ ਪੌੜੀ 'ਚ ਚੜ੍ਹਦਾ ਉਹ ਛੱਤ 'ਤੇ ਜਾ ਕੇ ਪਹਿਲਾਂ ਉਹ ਪੌੜੀ ਚੱਕਦਾ ਵੀ ਇਸ ਪੌੜੀ 'ਤੇ ਚੜ੍ਹ ਕੇ ਕੋਈ ਮੇਰੇ ਮਗਰ ਨਾ ਜਾਏ, ਅਤੇ ਉਹੀ ਹਾਲ ਇਸ ਲੀਡਰ ਦਾ, ਕਹਿੰਦਾ ਵੀ ਵੋਟਾਂ ਮੈਨੂੰ ਪਾਈਆਂ ਅਤੇ 2-2 ਹਜ਼ਾਰ 'ਚ ਪਾਈਆਂ, ਸ਼ਰਾਬ ਦੀਆਂ ਬੋਤਲਾਂ ਲੈ ਕੇ ਪਾਈਆਂ, LEDਾਂ ਲੈ ਕੇ ਪਾਈਆਂ, ਲੋਕਾਂ ਨੇ ਵੇਖ ਕੇ ਪਾਈਆਂ। ਹੁਣ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਦੀ ਜ਼ਮੀਰ ਖੜੀ ਕਿੱਥੇ ਆ, ਜੇ ਤੁਸੀਂ ਇਸ ਹਾਲ ਦੇ ਵਿੱਚ ਵੋਟਾਂ ਪਾਉਣੇ ਹੋ ਤਾਂ ਤੁਹਾਡੇ ਇਹ ਲੀਡਰ ਐਸੇ ਤਰ੍ਹਾਂ ਦੇ ਹੋਣਗੇ, ਠੀਕ ਆ, ਇਹ ਐਸੇ ਤਰ੍ਹਾਂ ਦੇ ਹੀ ਨਿਕਲਣਗੇ ਜਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਤੋਂ ਆਸਾਂ ਕੀਤੀਆਂ, ਜਿਹੜੇ ਇਹਨਾਂ ਦੇ ਵਾਅਦੇ ਕੀਤੇ ਹੁੰਦੇ। ਹਰ ਵਾਰ ਹੁੰਦਾ, ਇਸ ਵਾਰ ਆਪਸ਼ਨ ਨਹੀਂ ਸੀ, ਬਹੁਤ ਕੁਛ ਬਦਲਿਆ, ਪਰ ਮੈਂ ਕਹਿੰਦਾ ਜਿਹੜੇ ਲੀਡਰ ਕਿਸੇ ਵੀ ਪਾਰਟੀ ਦੇ ਹੋਣ, ਜਿਹੜੇ ਲੀਡਰ ਜ਼ਮੀਰ ਵੇਚ ਕੇ ਦੂਜੀ ਪਾਰਟੀ 'ਚ ਚਲੇ ਜਾਂਦੇ ਉਹ ਤੁਹਾਡਾ ਭਲਾ ਨਹੀਂ ਕਰ ਸਕਦੇ, ਪਰ ਸਾਡੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਮੂਹਰਲੇ ਚਮਚੇ ਹੁੰਦੇ ਆ, ਜਿਨ੍ਹਾਂ ਨੂੰ ਚੌਧਰਾਂ ਮਿਲੀਆਂ ਹੁੰਦੀਆਂ, ਜਿਨ੍ਹਾਂ ਨੂੰ ਪ੍ਰਧਾਨਗੀਆਂ ਮਿਲੀਆਂ ਹੁੰਦੀਆਂ, ਉਹ ਸਾਰਾ ਕੁਛ ਭੁੱਲ ਭੁਲਾ ਕੇ ਲੀਡਰ ਦੇ ਮਗਰ ਤਲਵੇ ਚੜ੍ਹਦੇ ਆ, ਕਿਉਂਕਿ ਜੇ ਇਹਨਾਂ ਨੂੰ ਰੇਡਾਂ ਦਾ ਡਰ ਆ, ਅਤੇ ਜਿਨ੍ਹਾਂ ਨੇ 100 ਚੋਂ 5 ਰੁਪਏ ਖਾਧੇ ਹੁੰਦੇ, ਡਰ ਉਹਨਾਂ ਨੂੰ ਵੀ ਹੁੰਦਾ, ਉਹ ਵੀ ਪਿੰਡਾਂ ਦੇ ਵਿੱਚ ਫਿਰ ਉਹ ਕਰਦੇ ਆ ਪੂਰੀ ਖਾਨਾਪੂਰਤੀ। ਪਹਿਲਾਂ ਤਾਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਲੀਡਰਾਂ ਦਾ ਵੀ ਇਹ ਵਿਰੋਧੀ ਪਾਰਟੀ ਦੇ ਆ, ਜਦੋਂ ਇਹ ਵਿਰੋਧੀ ਪਾਰਟੀ ਵਾਲੇ ਆਪਦੀ ਪਾਰਟੀ 'ਚ ਦੂਜੀ ਪਾਰਟੀ 'ਚ ਆ ਜਾਣ, ਫਿਰ ਇਹ ਦੁੱਧ ਧੋਤੇ ਹੋ ਜਾਂਦੇ ਆ। ਪਰ ਹੁਣ ਤੁਸੀਂ ਤਾਂ ਇਹਦੇ ਜਮ੍ਹਾਂ ਰਿਕਾਰਡ ਹੀ ਤੋੜਤਾ, ਤੁਸੀਂ ਤਾਂ ਪਾਰਟੀ ਕੋਈ ਨਹੀਂ ਛੱਡੀ। ਪਾਰਟੀ ਕਿਉਂ ਨਹੀਂ ਛੱਡੀ? ਜਿੱਥੇ ਮੇਰੇ ਇਲਾਕੇ ਦਾ ਜਿਹੜੀ ਪਾਰਟੀ ਵਿਕਾਸ ਕਰੂਗੀ, ਮੈਂ ਤਾਂ ਉਹਦੇ ਮਗਰ ਜਾਣਾ। ਮੈਨੂੰ ਵੀ ਪਾਰਟੀਆਂ ਵਾਲੇ ਲਾਰਾ ਲਾ ਦਿੰਦੇ, ਚੱਕ ਜਿਹੜਾ ਕੁਛ ਚਾਹੀਦਾ ਹੈਗਾ, ਚੱਕ ਆਪਦੇ ਇਲਾਕੇ ਵਾਸਤੇ ਜਿਹੜਾ। ਪਾਰਟੀ ਵਿਕਾਸ ਕਰਦੀ ਆ, ਫਿਰ ਤੁਸੀਂ ਸ਼ਿੱਕੂ ਦੇ ਲੀਡਰ, ਤੂੰ ਕੀ ਕਰਦਾ? ਤੂੰ ਕੀ ਕਰਦਾ ਫਿਰ? ਮੈਨੂੰ ਤਾਂ ਕੁਛ ਮਿਲੂਗਾ, ਫਿਰ ਹੀ ਮੈਂ ਵਿਕਾਸ ਕਰਾਂਗਾ। ਫਿਰ ਤੈਨੂੰ ਕੀ ਪਤਾ ਵੀ ਫਲਾਣੀ ਨਾਲ ਵਿਕਾਸ ਕਰਨਾ, ਫਲਾਣੀ ਪਾਰਟੀ ਵਿਕਾਸ ਕਰੂ, ਤੈਨੂੰ ਕੀ ਪਤਾ ਇਸ ਗੱਲ ਦਾ? ਫਿਰ ਲਾਰਾ ਤਾਂ ਸਾਨੂੰ ਵੀ ਕਾ ਲਾਰਾ ਹੀ ਲੱਗਦਾ, ਅਸੀਂ ਉਵੇਂ ਲੋਕਾਂ ਨੂੰ ਲਾਰੇ ਲਾ ਦਿੰਦੇ ਹਾਂ। ਤੁਸੀਂ ਤੁਹਾਡੇ ਵੱਡੇ ਲਾਰੇ ਲਾ ਦਿੰਦੇ ਹੋ। ਵੱਡੇ ਲਾਉਣੇ ਹੀ ਪੈਂਦੇ ਆ ਫਿਰ, ਇੰਨੇ ਬਿਨਾਂ ਲੋਕ ਮਗਰ ਨਹੀਂ ਲੱਗਦੇ, ਮਗਰ ਨਹੀਂ ਲੱਗਦੇ। ਹੁਣ ਤੁਸੀਂ ਵੇਖ ਲਓ ਵੋਟਾਂ ਪਾਉਣ ਨਾਲ ਹਨ ਦਾ, ਮੈਂ ਕਹਿੰਦੇ ਇਹ ਕਹਿੰਦੇ ਹੁੰਦੇ ਵੀ ਵੋਟ ਦੀ ਕੋਈ ਕੀਮਤ ਨਹੀਂ ਹੁੰਦੀ, ਹੁਣ ਇਹ ਲੀਡਰ ਤੁਹਾਡੇ ਸਾਹਮਣੇ ਆ, ਠੀਕ ਆ, 4-5 ਪੱਗਾਂ ਇਹਦੇ ਵਿੱਚ ਬੈਗ ਦੇ ਵਿੱਚ ਲੈ ਕੇ ਤੁਰਿਆ ਰੱਖਦਾ, ਨਾਲ ਰੱਖਿਆ ਵਾਂਗੇ ਇਹਦੀਆਂ ਪੱਗਾਂ, ਠੀਕ ਆ, ਵੀ ਜਿਹੜੇ ਪਾਸੇ ਨੂੰ ਪੱਲੜਾ ਭਾਰੀ ਹੋਇਆ ਉਸ ਪਾਸੇ ਮੈਂ ਡਿੱਗ ਪੈਣਾ। ਤੈਨੂੰ ਲੱਗਦਾ ਵੀ ਇਸ ਵਾਰ ਤੂੰ ਜਿੱਤੇਗਾ? ਜਿੱਤਾਂਗਾ ਜੀ। ਕਾਹਦੇ ਨਾਲ?
ਲੋਕਾਂ ਨਾਲ ਲੋਕਾਂ ਲੋਕ ਜਿਤਾਉਣਗੇ ਮੈਨੂੰ, ਲੋਕ ਸਭ ਕੁਝ ਭੁੱਲ ਜਾਂਦੇ ਹੁੰਦੇ ਆ, ਸਾਰਾ ਕੁਝ ਭੁੱਲ ਜਾਂਦੇ ਹੁੰਦੇ ਆ, ਦੇਖੀ ਜਦੋਂ ਵੋਟਾਂ ਆਈਆਂ ਸਾਰਿਆਂ ਨੇ ਮੇਰੇ ਮਗਰ ਮਗਰ ਤੁਰੇ ਫਿਰਨਾ। ਇਹ ਚੀਜ਼ ਹੁੰਦੀ ਆ, ਹੁੰਦੀ ਆਈ ਆ ਕਿਤੇ ਨਾ ਕਿਤੇ, ਤੇ ਗੱਲ ਸੱਚ ਆ ਲੀਡਰ ਦੀ, ਲੋਕ ਭੁੱਲ ਜਾਂਦੇ ਆ ਕਿਉਂਕਿ ਲੋਕ ਹੋ ਗਏ ਜੁੱਤੀਆਂ ਦੇ ਯਾਰ, ਜਿੱਥੋਂ ਜੁੱਤੀਆਂ ਪੈਂਦੀਆਂ ਉਸ ਪਾਸੇ ਨੂੰ ਜਾਂਦੇ ਆ, ਠੀਕ ਆ। ਇਹ ਗੱਲ ਹੁੰਦੀ ਆ ਵੀ ਵੋਟਾਂ ਇਹਨਾਂ ਨੇ ਬੋਤਲ ਲੈ ਕੇ ਪਾ ਦੇਣੀਆਂ, ਮੁੜ ਕੇ ਧਰਨੇ ਲਾ ਕੇ 5 ਸਾਲਾਂ ਲਈ ਡਾਂਗਾ ਖਾਂਦੇ ਆ, ਮੁੜ ਕੇ ਧਰਨਿਆਂ 'ਚੋਂ ਰੁਜ਼ਗਾਰ ਲੱਭਦੇ ਆ, ਠੀਕ ਆ। ਉਹ ਗੱਲ ਆ ਇਹਨਾਂ ਦੀ, ਠੀਕ ਆ। ਹੁਣ ਜਦੋਂ ਇਹ ਲੀਡਰਾਂ ਦੇ ਉਹਦੇ ਇਹਨਾਂ ਨੂੰ ਸਵਾਲ ਨਹੀਂ, ਪਰ ਚੰਗਾ ਕੀਤਾ ਇਸ ਪਿੰਡ ਨੇ ਪਹਿਲ ਕਦਮੀ ਕੀਤੀ ਆ, ਇਹ ਦਲ ਬਦਲੂ ਲੀਡਰਾਂ ਦੇ ਨਾਲ ਹੋਣਾ ਚਾਹੀਦਾ ਜਿਹੜੇ ਅਜਿਹਾ ਕੁਛ ਕਰਦੇ। ਹੁਣ ਤੁਸੀਂ ਇਹ ਸੋਚ ਲਓ ਵੀ ਭਾਈਚਾਰਕ ਸਾਂਝ ਆਪਦੀ ਖਤਮ ਕਰਨੀ ਹੈ ਪਿੰਡ 'ਚੋਂ, ਕਿ ਤੁਸੀਂ ਵੈਰ ਪਾਉਣੇ ਆ, ਕਿਉਂਕਿ ਜਿਹੜੇ ਚਮਚੇ ਹੁੰਦੇ ਉਹਨਾਂ ਨੂੰ ਬਹੁਤ ਕੁਛ ਮਿਲ ਜਾਂਦਾ ਹੁੰਦਾ, ਠੀਕ ਆ। ਪਰ ਇਸ ਲੀਡਰ ਦੀ ਜਿਹੜੀ, ਮੈਂ ਕਹਿੰਦਾ ਵੀ ਇਹ ਤਾਂ ਕਹਿੰਦਾ ਮੈਂ ਆਪਦਾ ਸਵਾਰਥ ਵੇਖਣਾ, ਜਿੱਥੋਂ ਮੇਰਾ ਮਾਸ ਬਚਦਾ, ਜਿੱਥੋਂ ਮੇਰੀ ਜਿੰਦ ਜਾਨ ਬਚਦੀ ਆ, ਮੈਂ ਤਾਂ ਉਸ ਪਾਰਟੀ ਦੇ ਵਿੱਚ ਜਾਣਾ। ਇਸ ਵਾਰ ਫਿਰ ਨਵੀਂ ਪਾਰਟੀ ਦਾ ਹੋ ਗਿਆ ਆਗਾਜ਼? ਹੋ ਗਿਆ ਜੀ, ਹੋ ਗਿਆ। ਲੋਕਾਂ ਨੇ ਹੋਣਾ ਹੀ ਦਿੱਤਾ, ਇਸ ਵਾਰ ਤਾਂ ਭਜਾਤਾ? ਨਹੀਂ ਨਹੀਂ, ਅੱਜ ਨਹੀਂ ਕੱਲ੍ਹ ਹੋ ਜਾਊਗਾ, ਹੋ ਜਾਣਾ ਹੀ ਆ। ਹੁਣ ਜਾਣਾ ਨਵੀਂ ਪਾਰਟੀ 'ਚ, ਜਾਵਾਂਗੇ। ਪੁਰਾਣੀ ਪਾਰਟੀ ਨੂੰ ਕੀ ਹੋ ਗਿਆ? ਪੁਰਾਣੀ ਪਾਰਟੀ ਨੂੰ ਕੀ ਕਰੀਏ, ਕੋਈ ਉੱਥੇ ਸੁਣਵਾਈ ਨਹੀਂ, ਕੋਈ ਗੱਲ ਨਹੀਂ, ਲੈਣ ਨਹੀਂ ਦੇਣ ਨਹੀਂ, ਇੱਕ ਦੂਜੇ ਰੱਸਾ ਖਿੱਚੀ ਜਾਂਦੇ ਆ ਬਸ। ਤੇ ਨਵੀਂ 'ਚ ਕੀ ਪੂਰੀ ਸੁਣਵਾਈ? ਨਵੀਂ 'ਚ ਮੈਨੂੰ ਲਾਰਾ ਲਾਇਆ ਉਹਨਾਂ ਨੇ, ਮੈਨੂੰ ਵਾਅਦਾ ਕੀਤਾ ਮੇਰੇ ਨਾਲ, ਟਿਕਟ ਵੀ ਦੇਣਗੇ ਮੈਨੂੰ, ਸਾਰਾ ਕੁਝ ਨਿਵਾਜਣਗੇ, ਇੱਜ਼ਤ ਮਾਨ ਦੇਣਗੇ। ਜਿਹੜੀ ਆਹ ਟਿਕਟ ਤੇ ਜਿੱਤਿਆ ਸੀ, ਇਹ ਟਿਕਟ ਨਹੀਂ ਸੀ? ਇਹ ਟਿਕਟ ਜਿੱਤ ਕੇ ਹੁਣ ਟਾਈਮ ਪੂਰਾ ਹੋ ਗਿਆ, ਹੁਣ ਦੁਬਾਰਾ ਥੋੜੀ ਇਹਨਾਂ ਨੇ ਮੈਨੂੰ ਟਿਕਟ ਦੇਣੀ ਸੀ, ਤੇ ਸਾਡੀ ਤਾਂ ਆਦਤ ਆ ਕੁਰਸੀ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਗੇ, ਤੇ ਹੁਣ ਆਪੋ ਅਗਲੇ ਦੇਣਗੇ ਤੇ ਲੋਕ ਜਿਤਾਉਣਗੇ ਮੈਨੂੰ। ਲਓ ਜੀ, ਨਵੀਂ ਪਾਰਟੀ 'ਚ ਵਾਅਦਾ ਹੋਇਆ ਇਸ ਲੀਡਰ ਨਾਲ ਕਿ ਸਾਨੂੰ ਟਿਕਟ ਆ ਜਿਹੜੀ ਉਹ ਦਿੱਤੀ ਜਾਣੀ ਆ ਇਸ ਵਾਰ ਮੈਨੂੰ ਇਹ ਪਾਰਟੀ। ਤੁਹਾਨੂੰ ਪਤਾ ਲੱਗ ਗਿਆ ਸੀ ਤੁਹਾਨੂੰ ਪਾਰਟੀ ਨੇ ਇਸ ਨੇ ਟਿਕਟ ਨਹੀਂ ਦੇਣੀ? ਨਹੀਂ ਦੇਣੀ, ਪਤਾ ਸੀ? ਕੀ ਕਾਰਨ ਹੋ ਗਿਆ ਤੁਹਾਡੇ 'ਚ? ਕਮੀਆਂ ਰਹੀਆਂ ਕੋਈ? ਕਮੀਆਂ ਲਾ ਲਓ, ਜੋ ਮਰਜ਼ੀ ਲਾ ਲਓ, ਮੈਨੂੰ ਪਤਾ ਸੀਗਾ ਵੀ ਟਿਕਟ ਨਹੀਂ ਦੇਣੀਗੀ ਮੈਨੂੰ ਇਹਨਾਂ ਨੇ। ਅੱਛਾ, ਬਾਹਰੋਂ ਲਿਆ ਕੇ ਉਮੀਦਵਾਰ ਜਿਹੜੇ ਤਕੜੇ ਆ, ਪੈਸੇ ਦਿੰਦੇ ਆ, ਇਹਨਾਂ ਨੂੰ ਟਿਕਟਾਂ ਖਰੀਦਦੇ ਆ, ਟਿਕਟਾਂ ਦਿੱਤੀਆਂ ਨਹੀਂ ਜਾਂਦੀਆਂ, ਖਰੀਦੀਆਂ ਹੀ ਜਾਂਦੀਆਂ ਟਿਕਟਾਂ, ਉਹਨਾਂ ਨੂੰ ਦੇਣਗੇ? ਉਹਨਾਂ ਨੂੰ ਦੇਣਗੇ। ਨਹੀਂ ਫਿਰ ਲੋਕ, ਅੱਛਾ ਤੁਹਾਨੂੰ ਇਹ ਪਤਾ ਸੀ ਵੀ ਇਸ ਵਾਰ ਜਿਹੜੇ ਤੁਹਾਡੇ ਹਲਕੇ ਦੇ ਲੋਕ ਆ ਇਹ ਦੂਜੀ ਪਾਰਟੀ ਨਾਲ ਜੁੜਿਆ, ਤੁਸੀਂ ਦੂਜੀ 'ਚ ਜਾਵੜੇ? ਮੈਂ ਆਪਦੇ ਇਲਾਕੇ ਦਾ ਲੋਕਲ ਹਾਂ, ਠੀਕ ਹੈ ਨਾ, ਮੈਂ ਆਪਦੇ ਇਲਾਕੇ ਦਾ ਲੋਕਲ ਹਾਂ। ਇਹਨਾਂ ਨੇ ਹੋਰ ਪਾਸੋਂ ਲਿਆ ਕੇ ਇੱਥੇ ਲੀਡਰ ਮਾਰਤਾ, ਬਿਠਾਤਾ, ਉਹਨੂੰ ਮੈਨੂੰ ਗੈਸ ਹੋ ਹੀ ਜਾਂਦਾ ਹੈਗਾ, ਮੈਂ ਇਹਨੂੰ ਕਿਹਨੇ ਵੋਟਾਂ ਪਾਉਣੀਆਂ? ਜਦੋਂ ਤੁਸੀਂ ਸਟੇਜਾਂ ਤੇ ਖੜ ਕੇ ਇਹ ਗੱਲ ਕਰਦੇ ਹੁੰਦੇ ਵੀ ਇਹ ਸਾਡੀ ਮਾਂ ਪਾਰਟੀ ਹੈ, ਮੈਂ ਇਹਦਾ ਵਫਾਦਾਰ ਸਿਪਾਹੀ ਹਾਂ, ਮੈਂ ਇਹਦੇ ਪਿੱਛੇ ਆਪਦੀ ਜਿੰਦ ਜਾਨ ਦੇ ਦੂੰਗਾ, ਮੈਂ ਇਹਦੇ ਪਿੱਛੇ ਐਂ ਕਰ ਦੂੰਗਾ, ਉਹ ਕੀ ਹੁੰਦਾ ਤੁਹਾਡਾ? ਉਹ ਬਸ ਸਮੇਂ ਦਾ ਗੇੜ ਹੁੰਦਾ, ਮਾਂ ਨੂੰ ਕੁਛ ਨਹੀਂ ਹੁੰਦਾ, ਟਾਈਮ ਹੁੰਦਾ, ਟਾਈਮ ਹੁੰਦਾ ਬਸ, ਟਾਈਮ ਵਿਚਾਰ ਗਿਆ ਜਿਹੜਾ ਬੰਦਾ ਜਾਂ ਨੇਤਾ ਉਹੀ ਨੇਤਾ। ਲਓ ਜੀ, ਇਹ ਲੀਡਰ ਆ, ਕੋਈ ਇਹਨਾਂ ਦੀ ਮਾਂ ਪਾਰਟੀ ਨਹੀਂ ਹੁੰਦੀ, ਇਹਨਾਂ ਦੀ ਤਾਂ ਆਪਦੀ ਮਾਂ ਮਾਂ ਨਹੀਂ ਹੁੰਦੀ, ਕਿਉਂਕਿ ਸਿਆਸਤ ਇਹੋ ਜਿਹੀ ਗੰਦੀ ਚੀਜ਼ ਆ, ਇਹ ਪਾਰਟੀ ਦੀ ਕਿੱਥੇ ਮਾਂ? ਫਿਰ ਤੋਂ ਵਾਅਦੇ ਤੁਹਾਡੇ ਬਸ ਫੋਕੇ ਹੁੰਦੇ ਆ? ਵਾਅਦੇ ਫੋਕੇ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ, ਫਿਰ ਵੀ ਉਹਨਾਂ 'ਚੋਂ ਕੁਛ ਵਾਅਦੇ ਤਾਂ ਪੂਰੇ ਕਰੀਦੇ ਹੀ ਆ। ਅੱਛਾ, ਇਹ ਬੈਗ ਪੂਰਾ ਨਾਲ ਰੱਖਦੇ ਹੋ? ਇਹ ਨਾਲ ਰੱਖਣਾ ਪੈਂਦਾ, ਮਜਬੂਰੀ ਆ। ਲਓ ਜੀ, ਲੀਡਰ ਦੇ ਨਾਲ ਆ ਬੈਗ, ਹਰ ਲੀਡਰ ਦੇ ਨਾਲ ਇਹ ਬੈਗ ਲਾਜ਼ਮੀ ਹੁੰਦਾ, ਪਰਿਵਾਰ ਹੋਵੇ ਨਾ ਹੋਵੇ ਉਹਦੇ ਨਾਲ ਕੋਈ ਚੱਕਰ ਨਹੀਂ, ਇਹਨਾਂ ਨੂੰ ਕੋਈ ਵਾਸਤਾ ਨਹੀਂ, ਪਰ ਬੈਗ ਇਹਦੇ ਵਿੱਚ ਉਹ ਪੱਗਾਂ ਰੱਖੀਆਂ ਜਾਂਦੀਆਂ ਵੀ ਜਿਹੜੀ ਪਾਰਟੀ ਦਾ ਪੱਲੜਾ ਭਾਰੀ ਹੋ ਗਿਆ, ਜਿਹਦੇ ਪਾਸੇ ਲੋਕ ਜਾਂਦੇ ਆ ਉਸ ਪਾਸੇ ਦਲ ਬਦਲੂ ਹੋ ਜਾਂਦੇ ਆ। ਸਾਡਾ ਵੀ ਇਹ ਕੰਮ ਇਹ ਹੋ ਗਿਆ ਲੋਕਾਂ ਦਾ ਵੀ ਜੇ ਇਹ ਵਿਰੋਧੀ ਧਿਰ ਦਾ ਪਾਰਟੀ ਦਾ ਮਾੜਾ ਲੀਡਰ ਆ, ਅਸੀਂ ਦੂਜੀ ਪਾਰਟੀ ਵੱਲ ਹੋ ਗਏ, ਜਿੱਦੇ ਦੂਜੀ ਪਾਰਟੀ 'ਚ ਜਾਵੜਿਆ ਇਹ ਦੁੱਧ ਧੋਥਾ ਬਣ ਜਾਣਾ, ਇਹ ਲੀਡਰਾਂ ਨੇ ਸਾਡਾ ਭੇਤ ਪਾਲਿਆ, ਠੀਕ ਆ, ਸਾਨੂੰ ਬੁਰਕੀ ਪੈਂਦੀ ਹੈ ਕੁੱਤੇ ਦੇ ਵਾਂਗ, ਅਸੀਂ ਉਹਦੇ 'ਤੇ ਵਿਰ ਜਾਣਾ, ਠੀਕ ਆ, ਫਿਰ 5 ਸਾਲਾਂ ਲਈ ਫਿਰ ਅਸੀਂ ਉਹਨਾਂ ਚੌਂਕਾਂ 'ਚ ਡੰਡੇ ਖਾਣੇ ਆ, ਧਰਨੇ ਲਾਉਣੇ ਆ ਵੀ ਸਾਨੂੰ ਰੁਜ਼ਗਾਰ ਨਹੀਂ। ਜਦੋਂ ਇਹ ਬੰਦਿਆਂ ਨੇ ਸਿਰਫ ਆਪਦੀ ਖਾਨਾ ਪੂਰਤੀ ਕਰਨੀ ਆ, ਉਹ ਚੀਜ਼ ਪੰਜਾਬ ਦੇ ਵਿੱਚ ਹੋ ਰਹੀ ਆ। ਸਿਆਸਤ ਨੂੰ ਸਮਝਣਾ ਪੈਣਾ, ਗੱਲਾਂ ਨੂੰ ਤੁਹਾਨੂੰ ਜਾਗਰੂਕ ਹੋਣਾ ਪੈਣਾ, ਜੇ ਤਾਂ ਲੀਡਰਾਂ ਪਿੱਛੇ ਐਸੇ ਤਰ੍ਹਾਂ ਤੁਸੀਂ ਬੈਰ ਪਾਉਂਦੇ ਰਹੇ ਤਾਂ ਤੁਸੀਂ ਭੁੱਲ ਜਾਓ ਵੀ ਇਹ ਵਿਕਾਸ ਵਕੂਸ ਤੁਹਾਡਾ ਹੋ ਜੂਗਾ। ਇਹਨਾਂ ਨੇ ਆਪਦਾ ਬਹੁਤ ਕੁਛ ਬਣਾ ਲੈਣਾ, ਪਹਿਲੀ ਗੱਲ ਤਾਂ ਇਹ ਆ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਤੁਸੀਂ ਅਸਲ ਦੇ ਵਿੱਚ ਇੱਥੇ ਚੋਣਾਂ ਲੜ ਰਹੇ ਹੋ, ਇੱਥੇ ਸਾਰਾ ਕੁਝ ਕਰਦੇ ਪਏ ਹੋ, ਪਰ ਜਿਹੜਾ ਤੁਹਾਡਾ ਪਰਿਵਾਰ ਆ ਜਾਂ ਤੁਹਾਡਾ, ਤੁਸੀਂ ਤਾਂ ਬਾਹਰ ਕਹਿੰਦੇ ਪੱਕੇ ਤੌਰ 'ਤੇ ਤੁਹਾਡੇ ਕੋਲ PR ਆ ਬਾਹਰ ਦੀ? ਹੈਗੀ ਹੈ PR, ਉਹ ਬੱਚੇ ਮੇਰੇ ਬਾਹਰ ਆ, ਸਾਰਾ ਪਰਿਵਾਰ ਬਾਹਰ ਹੀ ਆ। ਮੈਂ ਤਾਂ ਫਿਰ ਪੰਜਾਬ ਦੀ ਸੇਵਾ ਵੀ ਕਰਨੀ ਆ, ਦੇਸ਼ ਦੀ ਸੇਵਾ ਵੀ ਕਰਨੀ ਆ ਲੋਕਾਂ 'ਚ ਰਹਿ ਕੇ।
ਦੇਖੋ ਹੁਣ ਇਹਨਾਂ ਨੇ ਸੇਵਾ ਕਰਨੀ ਆ ਪੰਜਾਬ ਦੀ, ਜਵਾਕ ਉੱਥੇ ਜਾਵੜੇ ਤੈਨੂੰ ਛੱਡ ਕੇ ਕਿਉਂ ਗਏ ਆ, ਭੇਜੇ ਗਏ ਆ, ਸੈਟਲ ਆ ਉੱਥੇ ਲਓ। ਇਹ ਉਹ ਗੱਲ ਆ, ਇਹ ਤਾਂ ਇਹਨਾਂ ਦਾ ਬਹੁਤਾ ਫਰਕ ਨਹੀਂ ਲੀਡਰਾਂ ਦੇ ਬਾਬਿਆਂ ਦਾ, ਇਹਨਾਂ ਦੇ ਜਵਾਕ ਬਾਹਰ ਹੀ ਸੈੱਟ ਹੁੰਦੇ ਆ, ਇੱਥੇ ਬਸ ਜਨਤਾ ਨੂੰ ਗੁੰਮਰਾਹ ਕਰਨਾ ਜਿਵੇਂ ਮਰਜ਼ੀ ਕਰ ਲੈਣ, ਚਾਹੇ ਇਸ ਤਰੀਕੇ ਨਾਲ ਲੀਡਰ ਕਰ ਲੈਂਦੇ ਅਤੇ ਨਹੀਂ ਜਿਹੜੇ ਵਾਲੇ ਬਾਬੇ ਹੁੰਦੇ ਉਹ ਕਰ ਲੈਂਦੇ ਆ, ਇਹੀ ਕੁਛ ਚੱਲਦਾ। ਪਰ ਹੁਣ ਇਸ ਵਾਰ ਤੁਸੀਂ ਨਵੀਂ ਪਾਰਟੀ 'ਚ ਜਾਓਗੇ, ਲੋਕਾਂ ਨਾਲ ਕੀ ਵਾਅਦਾ ਕਰੋਗੇ ਵੀ ਉਹ ਪਾਰਟੀ ਨਹੀਂ ਛੱਡਦੇ? ਨਹੀਂ, ਲੋਕਾਂ ਨਾਲ ਵਾਅਦਾ ਤਾਂ ਕਰਨਾ ਹੀ ਆ, ਜਦੋਂ ਲੋਕਾਂ ਨੂੰ ਕੰਮ ਕਰਕੇ ਦਿਖਾਏ, ਉਹ ਮੈਨੂੰ ਵਿਕਾਸ ਦੀ ਗੱਲ ਕਰਦੇ ਆ ਅਤੇ ਲੋਕਾਂ ਨੇ ਮਾਫ਼ ਕਰ ਦੇਣਾ ਸਾਰਾ ਕੁਛ। ਲੋਕ ਭੁੱਲ ਜਾਂਦੇ ਆ, ਭੁੱਲ ਜਾਂਦੇ ਆ ਬਹੁਤ ਛੇਤੀ, ਕੀ ਭੁੱਲ ਜਾਂਦੇ ਆ ਬਸ, ਜਦੋਂ ਬਸ ਤੁਹਾਨੂੰ ਪਤਾ ਹੀ ਆ ਕਿਵੇਂ ਭੁੱਲਣਗੇ, ਕੋਈ ਪਰਨਾ ਪਾਉਣਾ ਗੱਲ 'ਚ ਪਾਰਟੀ ਦਾ ਨਵੀਂ ਦਾ ਹੀ ਲੈਣਾ, ਲੋਕਾਂ ਨੂੰ ਕਿਵੇਂ ਭੁਲਾਉਣਾ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਲਓ ਇਹ ਚੀਜ਼ਾਂ ਹੁੰਦੀਆਂ ਪੰਜਾਬ ਦੇ ਵਿੱਚ, ਇਹ ਬਿਲਕੁਲ ਇਸ ਤਰੀਕੇ ਦੇ ਨਾਲ ਹੁੰਦਾ। ਅੱਜ ਤੁਹਾਡੀ ਸਪੀਡ ਚੈੱਕ ਕੀਤੀ ਜਾ ਰਹੀ ਸੀ, ਕਹਿੰਦੇ ਉਹ ਸਪੀਡਾਂ ਤਾਂ ਬਣਦੀਆਂ ਪੈਂਦੀਆਂ ਹੀ ਰਹਿੰਦੀਆਂ, ਇਹ ਤਾਂ ਕੋਈ ਗੱਲ ਨਹੀਂ, ਕਿਤੇ ਨੇਤਾ ਨੂੰ ਭੱਜਣਾ ਵੀ ਪੈਂਦਾ, ਕਿਤੇ ਸਾਰਾ ਕੁਛ ਕਰਨਾ ਪੈਂਦਾ, ਕਰਨਾ ਪੈਂਦਾ, ਕਿਤੇ ਲੋਕ ਨੇਤਾ ਦੇ ਮਗਰ ਹੁੰਦੇ ਆ, ਕਿਤੇ ਨੇਤਾ ਲੋਕਾਂ ਦੇ ਮਗਰ ਹੁੰਦਾ। ਓਕੇ ਜੀ, ਜੇ ਪੰਜਾਬ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਹਜੇ ਵੀ ਕਹਿੰਦਾ ਵੀ ਆਪਦੀਆਂ ਭਾਈਚਾਰਕ ਸਾਂਝਾ ਕਾਇਮ ਰੱਖੋ, ਭਰਾ ਭਰਾ ਦਾ ਵੈਰੀ ਬਣ ਜਾਂਦਾ, ਪਰ ਉਹ ਗੱਲਾਂ ਨਾ ਕਰੋ, ਪਿੰਡਾਂ ਦੇ ਵਿੱਚ ਵੈਰ ਨਾ ਪਾਓ, ਕਦੇ ਇੱਕ ਦੂਜੇ ਦਾ ਸਿਰ ਨਾ ਪਾੜੋ, ਉਹ ਗੱਲਾਂ ਨਾ ਕਰੋ। ਇਹ ਲੀਡਰ ਅਸਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਹੁਤ ਉੱਚੀ ਉੱਚੀ ਚੀਕਾਂ ਮਾਰ ਕੇ ਮੁੱਦਿਆਂ 'ਤੇ ਗੱਲਾਂ ਕਰਦੇ ਆ, ਦੁਪਹਿਰ ਦੀ ਚਾਹ ਪਾਣੀ ਇਕੱਠਾ ਪੀਂਦੇ ਆ, ਸ਼ਾਮ ਨੂੰ ਪਿੱਗ ਵੀ ਇਕੱਠਾ ਲਾਉਂਦੇ ਆ। ਤੁਸੀਂ ਕਦੇ ਬੈਠ ਕੇ ਵਿਚਾਰ ਕੇ ਵੇਖੋ ਵੀ ਲੀਡਰਾਂ ਦੀਆਂ ਆਪਸ ਦੇ ਵਿੱਚ ਕਿੰਨੇ ਲੀਡਰ ਆ, ਸਾਰਿਆਂ ਦੀਆਂ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਰਲਦੀਆਂ, ਕਿਸੇ ਦਾ ਮੁੰਡਾ ਵਿਆਹ, ਕਿਸੇ ਦੀ ਕੁੜੀ ਵਿਆਹੀ ਹੈ, ਕਿਸੇ ਦਾ ਕੋਈ ਭੂਆ, ਕੋਈ ਫੁੱਫੜਾ, ਕੋਈ ਮਾਸੀ, ਪਰ ਪਾਰਟੀਆਂ ਸਾਰੇ ਲੀਡਰਾਂ ਦੀਆਂ ਵੱਖੋ ਵੱਖਰੀਆਂ। ਜਦੋਂ ਇਹਨਾਂ ਦੇ ਵਿੱਚ ਕੋਈ ਉੱਦਾਂ ਦੀ ਘਟਨਾ ਵਾਪਰਦੀ ਹੈ, ਹੈ ਨਾ, ਜਿਹੜਾ ਆਇਆ ਉਹਨੇ ਜਾਣਾ ਵੀ, ਕੋਈ ਕਿਸੇ ਦੇ ਮਾੜਾ ਟਾਈਮ ਕਿਸੇ ਦੇ ਮਰ ਗਈ, ਲੀਡਰ ਸਾਰੇ ਜਾਂਦੇ ਆ, ਅਤੇ ਅਸੀਂ ਇਹੋ ਜਿਹੇ ਹੋ ਜਾਂਦੇ ਹਾਂ ਵੋਟਾਂ ਪਾਉਣ ਵਾਲੇ ਵੀ, ਜੇ ਕਿਸੇ ਦੇ ਮਰ ਗਏ ਜੇ ਅਸੀਂ ਕਹਿ ਦਿੰਦੇ ਜਾਣਾ ਹੀ ਨਹੀਂ ਇਹਨਾਂ ਦੇ, ਇਹਨਾਂ ਨੇ ਤਾਂ ਭਾਈ ਕੀ ਹੈ ਵੋਟ ਨਹੀਂ ਪਾਈ, ਠੀਕ ਆ। ਛੋਟੇ ਛੋਟੇ ਸਰਪੰਚ ਮੈਂਬਰ ਵੀ ਇਹ ਕੰਮ ਕਰ ਲੈਂਦੇ ਆ ਵੀ ਇਹਨਾਂ ਨੇ ਵੋਟ ਨਹੀਂ ਪਾਈ, ਇਹਨਾਂ ਦੇ ਬਾਰ ਦੇ ਵਿੱਚ ਗਲੀ ਆਪਾਂ ਉੱਚੀ ਕਰਨੀ ਆ, ਨੀਵੀਂ ਕਰਨੀ, ਇੱਥੋਂ ਦੀ ਪਾਣੀ ਲੰਘਣ ਨਹੀਂ ਦੇਣਾ। ਇਹ ਚੀਜ਼ਾਂ ਹੁੰਦੀਆਂ, ਪਰ ਇਹ ਖੁੰਦਕਬਾਜ਼ੀ ਸਾਨੂੰ ਛੱਡਣੀ ਪੈਣੀ ਆ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ। ਅੱਛਾ ਹੁਣ ਇਹ ਗੱਲ ਹੋ ਗਈ ਸੀ, ਮੈਂ ਤੁਹਾਨੂੰ ਇੱਕ ਸਪਸ਼ਟ ਜਿਹੀ ਗੱਲ ਪੁੱਛ ਲਾਂ ਵੀ ਲੋਕਾਂ ਨੇ ਅੱਜ ਤੁਹਾਡੀ ਸੇਵਾ ਕਰਤੀ ਸੀ, ਸੇਵਾ ਕਰਤੀ ਫਿਰ ਕੀ ਹੋ ਗਿਆ? ਨਹੀਂ ਭਜਾਇਆ ਗਿਆ, ਭਜਾਇਆ ਗਿਆ ਸੀ, ਇਹਨਾਂ ਨੇ ਇੱਕ ਦਿਨ ਭਜਾਇਆ, ਦੋ ਦਿਨ ਭਜਾ ਲੈਣਗੇ ਜਿੰਨਾ ਚਿਰ ਵੋਟਾਂ, ਅਸੀਂ 5 ਸਾਲ ਇਹਨਾਂ ਦੀ ਸੇਵਾ ਕਰਨੀ ਹੈ। ਹਾਂ ਬਿਲਕੁਲ, ਤੁਹਾਨੂੰ ਭਜਾਇਆ ਜਾਣਾ ਚੌਂਕਾਂ ਦੇ ਵਿੱਚ ਦੀ, ਇਹ ਗੱਲ ਲੀਡਰ ਦੀ ਸਹੀ ਹੈ। ਤੁਸੀਂ ਵੋਟਾਂ ਵੇਲੇ ਇਕੱਠੇ ਹੋ ਕੇ ਕਿਤੇ ਨਾ ਕਿਤੇ ਨਾਅਰੇ ਮਾਰ ਲੈਂਦੇ ਹੋ, ਪਰ ਇਹ ਉਹ ਸਿਆਸਤ ਆ, ਉਹ ਲੀਡਰ ਆ ਜਿਨ੍ਹਾਂ ਨੇ ਤੁਹਾਨੂੰ 5 ਸਾਲਾਂ ਲਈ ਚੌਂਕਾਂ ਦੇ ਵਿੱਚ ਦੀ ਭਜਾਉਣਾ, ਤੁਹਾਡੇ ਡਾਂਗਾਂ ਵੀ ਪੈਣੀਆਂ, ਗੰਦੇ ਪਾਣੀ ਦੀਆਂ ਵਿਛਾੜਾਂ ਵੀ ਪੈਣੀਆਂ, ਬਹੁਤ ਕੁਛ ਹੋਣਾ ਤੁਹਾਡੇ 'ਤੇ, ਇਹ ਦਿਲਾਸੇ ਵੀ ਦਿੱਤੇ ਜਾਣੇ ਆ ਵੀ ਜਿਨ੍ਹਾਂ ਨੇ ਡਾਂਗਾਂ ਮਾਰੀਆਂ ਉਹਨਾਂ 'ਤੇ FRI ਕਰਾਂਗੇ, ਪਰ ਉਹ FRI ਅਣਪਛਾਤੇ ਬੰਦਿਆਂ 'ਤੇ ਹੋ ਜਾਂਦੀ ਹੈ, ਠੀਕ ਆ, ਜਿਨ੍ਹਾਂ ਦਾ ਕਦੇ ਵੀ ਥੋ ਪਤਾ ਨਹੀਂ ਲੱਗਦਾ, ਸ਼ਹੀਦੀਆਂ ਵੀ ਹੋ ਜਾਂਦੀਆਂ। ਇਸ ਕਰਕੇ ਕੁਝ ਸੋਚ ਵਿਚਾਰ ਰੱਖੋ, ਲੀਡਰ ਕੋਈ ਵੀ ਚੰਗਾ ਨਹੀਂ ਹੁੰਦਾ, ਕੀ ਕਹਿਣਾ ਕੋਈ 100 ਚੋਂ 1 ਅੱਧਾ ਲੀਡਰ ਚੰਗਾ ਹੋਵੇ, ਠੀਕ ਆ, ਪਰ ਇਸ ਵਾਰ ਤੁਸੀਂ ਹੁਣ ਨਵੀਂ ਪਾਰਟੀ 'ਚ ਜਾ ਵੜਨਾ, ਉੱਥੇ ਪਹੁੰਚ ਜਾਣਾ, ਠੀਕ ਆ, ਲੋਕਾਂ ਨੇ ਫਿਰ ਤੁਹਾਡੇ ਮਗਰ ਲੱਗ ਜਾਣਾ, ਤੁਹਾਨੂੰ ਲੱਗਦਾ ਵੀ ਇਸ ਵਾਰ ਤੁਸੀਂ ਪੱਕਾ ਖੜੇ ਰਹੋਗੇ ਨਵੀਂ ਪਾਰਟੀ? ਖੜਾਂਗੇ ਜੀ, ਖੜਾਂਗੇ। ਜੇ ਅਗਲੀ ਵਾਰ ਕਿਸੇ ਹੋਰ ਪਾਰਟੀ ਨੇ ਰੇਡ ਪਵਾਤੀ, ਉਹ ਤਾਂ ਫਿਰ ਟਾਈਮ ਦੱਸੂਗਾ ਜੀ, ਤੁਸੀਂ ਸਮਾਂ ਵਿਚਾਰਨਾ, ਅਸੀਂ ਸਮਾਂ ਵਿਚਾਰ, ਦੇਖ ਲਓ ਲੀਡਰ ਟਾਈਮ ਵਿਚਾਰ ਲੈਂਦੇ ਆ, ਸਮਾਂ ਵਿਚਾਰ ਲੈਂਦੇ ਆ, ਪਰ ਅਸੀਂ ਲੋਕ ਸਮਾਂ ਟਾਈਮ ਨਹੀਂ ਵਿਚਾਰਦੇ। ਮੈਂ ਦਿਖਾਵਾਂ ਹਜੂਮ ਇਕੱਠ ਫਿਰ ਹੋ ਗਿਆ ਲੋਕਾਂ ਦਾ ਜਿਹੜਾ ਹੈਗਾ, ਲੇਖੋ ਨਿਕਲ ਗਏ ਨੇ, ਪਰ ਤੁਹਾਨੂੰ ਮੈਂ ਦਿਖਾ ਰਿਹਾ, ਦੇਖੋ ਲੀਡਰ ਨੂੰ ਲਿਜਾਇਆ ਜਾ ਰਿਹਾ, ਦੁਬਾਰਾ ਵੀ ਕਿਤੇ ਰੇ ਚੱਕਣਾ ਕੀਤੀ ਜਾਵੇ ਤੁਹਾਡੇ ਸਾਹਮਣੇ, ਗੱਡੀ ਵੱਲ ਲਿਜਾਇਆ ਜਾ ਰਿਹਾ, ਪਰ ਇਹ ਹਾਲਾਤ ਸਾਡੇ ਪੰਜਾਬ ਦੇ ਬਣੇ ਪਏ ਆ। ਲੀਡਰ ਆ ਜਿਹੜੇ ਉਹ ਵਾਰ ਵਾਰ ਪਾਰਟੀਆਂ ਬਦਲਦੇ ਆ, ਠੀਕ ਆ, ਅਸੀਂ ਜਿਹੜਾ ਵਿਰੋਧੀ ਧਿਰ ਹੁੰਦੀ ਹੈ, ਮੰਨ ਲਓ ਮੈਂ ਕਿਸੇ ਪਾਰਟੀ ਨੂੰ ਵੋਟ ਪਾਉਣਾ,
ਅਤੇ ਦੂਜੀ ਪਾਰਟੀ ਦੀ ਮੈਂ ਨਿੰਦਿਆ ਕਰਾਂਗਾ ਕਰਾਂਗਾ, ਪਰ ਜਦੋਂ ਉਹਨਾਂ ਦਾ ਲੀਡਰ ਸਾਡੀ ਪਾਰਟੀ 'ਚ ਆ ਗਿਆ ਜਿਹਨੂੰ ਮੈਂ ਮਾੜਾ ਕਿਹਾ ਸੀ, ਉਹ ਸਾਡੇ ਲਈ ਦੁੱਧ ਧੋਤਾ ਹੋ ਜਾਂਦਾ। ਇਹ ਚੀਜ਼ਾਂ ਹੋ ਰਹੀਆਂ, ਪਰ ਇੱਦਾਂ ਸਾਨੂੰ ਨਹੀਂ ਕਰਨਾ ਚਾਹੀਦਾ। ਸਾਨੂੰ ਸਮਝਣਾ ਚਾਹੀਦਾ ਜਿਹੜਾ ਭ੍ਰਿਸ਼ਟਾਚਾਰ ਲੀਡਰਾਂ ਨੇ ਕਰ ਲਿਆ ਜਾਂ ਜਿਹੜੇ ਨੇ ਤੁਹਾਡੇ ਨਾਲ ਵਾਅਦੇ ਪੂਰੇ ਨਹੀਂ ਕੀਤੇ, ਉਹਦੇ 'ਤੇ ਕਦੇ ਭੁੱਲ ਕੇ ਵਿਸ਼ਵਾਸ ਨਾ ਕਰੋ। ਠੀਕ ਲਓ ਜੀ, ਹਜੇ ਵੋਟਾਂ 2024 ਦੀਆਂ ਜਿਹੜੀਆਂ ਆਉਣੀਆਂ, ਉਸ ਤੋਂ ਬਾਅਦ 27 ਦੀਆਂ ਆਉਣੀਆਂ, ਅਤੇ ਮਲੂਕਾ ਇਹ ਟੀਮ ਜਿਹੜੀ ਖੜ੍ਹੀ ਆ, ਅਸੀਂ ਤਾਂ ਸੁਚੇਤ ਕਰਨਾ ਤੁਹਾਨੂੰ ਸ਼ੁਰੂ ਕਰ ਦਿੱਤਾ ਵੀ ਵੋਟਾਂ ਦੇ ਬਦਲੇ ਬੈਰ ਨਾ ਪਾਓ। ਵੇਖੋ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਕਰੇਜ ਆ ਸਾਡੇ ਨਾਲ ਕੰਮ ਕਰਨ ਦਾ, ਇਹ ਸੁਚੇਤ ਹੋ ਜਾਣਗੇ, ਪਰ ਸਿਆਣੇ ਬੰਦੇ ਸੁਚੇਤ ਨਹੀਂ ਹੁੰਦੇ। ਵੇਖੋ, ਠੀਕ ਆ ਜੀ, ਆਪਣੀ ਗੱਲ ਸਹੀ ਆ, ਜਮਾਂ ਸਹੀ ਆ, ਉਹ ਵੀ ਮੰਨਦਾ। ਠੀਕ ਆ, ਤੁਸੀਂ ਕਦੋਂ ਸਿਆਣੇ ਹੋਣਾ? ਵੇਖ ਲਓ ਨਿੱਕੇ ਨਿੱਕੇ ਬੱਚੇ ਸਿਆਣੇ ਹੋ ਗਏ ਆ। ਮੈਂ ਕਹਿੰਦਾ ਵੀ ਅਸੀਂ ਤਾਂ ਹਰ ਵਾਰ ਦੀ ਤਰ੍ਹਾਂ ਇੱਕ ਸੁਚੇਤ ਕਰਨਾ, ਵੋਟ ਪਾਓ ਸਾਡਾ ਇਹ ਨਿੱਜੀ ਹੱਕ ਆ, ਜਿਹਨੂੰ ਮਰਜ਼ੀ ਪਾਓ, ਇਹ ਵੀ ਸਾਡੀ ਆਪਦੀ ਮਰਜ਼ੀ ਆ। ਪਰ ਜਿਹੜੇ ਲੀਡਰ ਦਲ ਬਦਲੂ ਆ ਅੱਜ ਇਸ ਪਾਰਟੀ 'ਚ ਦੂਜੇ ਉਸ 'ਚ, ਉਹਨਾਂ 'ਤੇ ਕਦੇ ਭਰੋਸਾ ਨਾ ਕਰੋ, ਵਿਸ਼ਵਾਸ ਨਾ ਕਰੋ। ਇਹੀ ਮੈਸੇਜ ਸਾਡੀ ਮਲੂਕਾ ਟੀਮ ਨੇ, ਜਿਹੜਾ ਤੁਹਾਨੂੰ ਬੈਗ ਦਿਖਾਇਆ ਸੀ, ਇਹ ਬੈਗ ਦੇ ਵਿੱਚ ਪੰਜਾਬ ਦੇ ਉਹ ਲੀਡਰ ਨੇ ਜਿਨ੍ਹਾਂ ਨੇ ਤੁਹਾਡਾ ਭਲਾ ਨਹੀਂ ਕਰਨਾ, ਸਿਰਫ ਆਪਦੇ ਘਰ ਦਾ ਸੋਚਣਾ, ਆਪਦੇ ਸਵਾਰਥ ਦਾ ਸੋਚਣਾ। ਠੀਕ ਆ, ਕੋਸ਼ਿਸ਼ ਆ ਸਾਡੀ, ਸਮਝਣਾ ਨਾ ਸਮਝਣਾ ਉਹ ਤੁਹਾਡੇ ਸਿਰ 'ਤੇ ਆ। ਠੀਕ ਆ, ਵੀਡੀਓ ਚੰਗੀ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਜੁੜੇ ਰਹੋ ਮੇਰੇ ਨਾਲ। ਜਸਕਰਨ ਸਿੰਘ ਮਲੂਕਾ, ਧੰਨਵਾਦ ਜੀ।